ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ। ਸਾਹਮਣੇ ਤੁਹਾਨੂੰ ਸਾਹਿਬ ਨੇ ਦੇਖ ਕੇ ਲਿਆਉਣਾ, ਫਾਈਨਲੀ ਆਪਾਂ ਟਰੰਕ ਵੱਢਣ ਲੱਗ ਗਏ ਜੀ। ਤੋ ਮੈਨੂੰ ਕਿਹਾ ਚਲੋ ਅੱਜ 16 ਤਰੀਕ ਹੈ ਜੀ, 16 ਅਪ੍ਰੈਲ, ਅਤੇ ਵਲੌਗ ਪਤਾ ਨਹੀਂ ਕਿੱਦਾਂ ਆਊਗਾ, ਵਲੌਗ ਸਾਰੇ ਲੇਟ ਮਹੀਨਾ ਮਹੀਨਾ ਲੇਟ ਆ ਰਹੇ ਨੇ, ਅਤੇ ਵੇਹ ਤਾਂ ਆਜੂਗਾ ਜਲਦੀ ਉਹ। ਅਤੇ ਬਾਕੀ ਫਿਰ ਹੁਣ ਕੰਮ ਹੈ, ਨਵੀਂ ਸੜਕ ਬਣ ਚੁੱਕੀ ਹੈ, ਨਵੀਂ ਸੜਕ ਦੇ ਉੱਤੇ ਜਾ ਰਹੇ ਹਾਂ, ਬਹੁਤ ਵਧੀਆ ਲੱਗ ਰਿਹਾ। ਸਾਹਮਣੇ ਫਾਟਕ ਲੱਗ ਗਏ, ਹੁਣ ਹੀ ਲੱਗੇ ਨੇ ਫਾਟਕ, ਕੋਈ ਵੀ ਨਹੀਂ ਖੜਾ ਜਿਹੜਾ ਸਾਹਮਣੇ ਲੱਗ ਗਿਆ, ਚੱਲ ਪਿਆ ਕੰਮ। ਮੇਰੇ ਆਉਣ ਤੋਂ ਪਹਿਲਾਂ 4 ਘੰਟਿਆਂ ਦਾ ਘੇਰਾ ਵੱਢਤਾ, ਤੂੜੀ ਵਾਲੇ ਰੀਪਰ ਵੀ ਜਾਣ ਲੱਗ ਗਏ। ਸਾਡੇ ਸੜਕ ਬਣ ਰਹੀ ਆ ਪੂਰੀ ਟਾਪ ਦੀ, ਹੁਣ ਸੜਕ ਵੀ ਬਣ ਗਈ, ਹੁਣ ਪਵਾ ਰਹੇ ਟੈਂਕਰ। ਹੋਰ ਚਾਚੇ ਉਹਨੂੰ ਬੁਲਾਇਆ, ਇਹਨੂੰ ਭੇਜ ਦੇ ਆ ਦੂਏ ਨੂੰ। ਕੰਮ ਖਿੱਚਤਾ ਖਾਸਾ ਬਾਬਿਓ, ਅਤੇ 4 ਕਿੱਲੇ ਉਹ ਚੱਕਦੇ, 4.5-5 ਕਿੱਲੇ ਇਹ ਨੇ। ਦੂਜੀ ਟਰਾਲੀ ਲੱਗੀ, ਇੱਕ ਟਰਾਲੀ ਭਰ ਕੇ ਚਲੇ ਜੀਗਾ। ਲਓ ਜੀ ਆਏਗੇ ਆਪਣੇ ਉਸਤਾਦ ਜੀ, ਦਾਣੇ ਪਵਾ ਰਹੇ ਹਾਂ ਮਿੱਤਰੋ। ਜੋ ਉਸਤਾਦ ਜੀ ਹੈਗੇ ਉਹ ਹੈਗਾ ਕਿਆ ਨਾਮ ਆ, ਬਹਾਦਰ ਬਾਈ, ਇੱਧਰ ਸਾਰੇ ਜਣੇ ਆ ਉਹ ਦੇਖੋ, ਦੇਖਦੇ ਹਾਂ ਬਾਕੀ ਦਾਣੇ ਇੰਨਾ ਮਾਰੋ ਮਾਰ। ਬਸ ਰਾਤ ਸੁੱਤ ਰੱਖੇ ਝਲਾੜੀਆਂ ਦੇ, ਝਲਾੜੀਆਂ ਭੜੀ ਜਾਵੇ ਸਾਡਾ ਬਾਈ, 6 ਮਹੀਨੇ ਦੀ ਮਿਹਨਤ ਆ। ਆਪਣਾ ਚਿਹਰਾ ਦਿਖਾ ਦੇਵਾਂ, ਲਓ ਆ ਹੈਗਾ ਲਵੀ ਸਲਮਾਨ। ਬਸ ਫੜ ਬੋਲ ਭਾਜੀ, ਦੱਸਣਾ ਚਾਹੁੰਦੇ ਹਾਂ ਕਿ ਬਾਜੀ ਅੱਜ ਵਿਸਾਖੀ ਤੋਂ ਬਾਅਦ ਨੂੰ ਆਪਾਂ ਕਣਕ ਵੱਢਣ ਲੱਗੇ ਹਾਂ, ਰੱਬ ਭਲੇ ਸੁੱਖ ਰੱਖੇ, ਢਲਾੜੀਆਂ ਦੇ ਢਲਾੜੀਆਂ ਭਰੀ ਜਾਵੇ, ਕਿ ਬਾਈ 6 ਮਹੀਨੇ ਦੀ ਮਿਹਨਤ ਆ, ਪਰ ਰੱਬ ਨੇ ਤਾਂ ਐਂ ਲੱਗਿਆ, ਹਾਂ ਰੱਬ ਨੇ ਤਾਂ ਐਂ ਜੇ ਕਣਕਾਂ ਦਾ ਟਾਈਆਂ, ਉਹ ਕਣਕਾਂ ਦੀਆਂ ਹਾਲ ਕਰਤੀਆਂ। ਆਹ ਦੇਖ ਲਓ ਭਾਜੀ ਕਿਆ ਕਣਕ ਦੀਆਂ ਹਾਲ ਆ, ਜਮੀ ਮਿਧਿਆ ਪਿਆ ਦੇਖ ਲਓ, ਇੱਕ ਨਹੀਂ ਹੈ ਸਾਡਾ ਤਾਂ ਬਾਈ 10-12 ਕਿੱਲੇ ਇੱਕ ਨੇ ਗਿਰਿਆ ਹੋਇਆ। ਤਾਂ ਬਾਕੀ ਝਾੜ ਦੱਸਾਂਗੇ ਆਉਣ ਵਾਲੇ, ਬਾਕੀ ਦੇਖਦੇ ਹਾਂ। ਆ ਫਿਰਦੇ ਆਪਣੇ ਬੰਦੇ ਸਾਰੇ, ਛੋਟੂ ਚਾਹ ਪਾਣੀ ਪੀ ਲਿਆ, ਹੁਣ ਵਲੌਗ ਲਵਲੀ ਬਣਾਇਆ ਕਰੂਗਾ। ਲਓ ਬਾਜੀ ਜੀ, ਕਹਿੰਦੇ ਇੱਕ ਰੀਲ ਬਹੁਤ ਫੇਮਸ ਹੋਈ ਸੀ ਸਾਡੀ, ਉਸਤਾਦ ਇਹ ਤਾਂ ਮਿਹਨਤਾਂ ਬੋਲਦੀਆਂ ਨੇ, ਹੈ ਦੇਖੋ ਜੀ ਮਿਹਨਤ ਕਰੀ ਸੀ, ਦੇਖੋ ਹੁਣ ਤਾਂ ਮੰਡੀ 'ਚ ਪਤਾ ਲੱਗੂ ਰਿਜ਼ਲਟ। ਟਰਾਲੀ ਹੋ ਗਈ ਫੁੱਲ, 16 ਫੁੱਟ ਟਰਾਲਾ ਆਪਣਾ, ਟਰਾਲੀ ਕਹਿ ਦਿੰਦੇ ਫਿਰ ਟਰਾਲਾ ਕਹਿ ਦਿੰਦੇ ਹਾਂ, ਪਰ ਦੁਆਬੇ ਵਾਲੀ ਸਾਈਡ ਤਾਂ ਟਰਾਲੀ ਹੀ ਕਹਿੰਦੇ ਹਾਂ, 16-16 ਫੁੱਟੀਆਂ ਨੂੰ ਸਾਡੇ ਵੀ ਟਰਾਲੀ ਉਹ ਕਹਿੰਦੇ ਹਾਂ, 26-26 ਜਿਵੇਂ 36-36 ਫੁੱਟ ਉਹ ਟਰਾਲੇ ਕਹਿ ਦਿੰਦੇ। ਆਪਣੀ ਮੱਕੀ ਦੇਖ ਲਓ, ਉਰੇ ਆਈ ਉਹ ਛੋਟ ਉਰੇ ਆ, ਸਭ ਕੁਛ ਓਕੇ ਹੋ ਗਿਆ, ਇੱਧਰ ਆਹ ਵੀ ਟਰਾਲੀ ਭਰਨੀ ਆ, ਆਹ ਖੇਤ ਵੱਢਣਾ, ਆਹ ਸਾਰਾ ਘੇਰਾ ਵੱਢਣਾ, ਦੇਖਦੇ ਹਾਂ ਟਰਾਲੀ ਫੁੱਲ ਹੁੰਦੀ ਆ ਕਿ ਨਹੀਂ ਹੁੰਦੀ। ਕਿਆ ਹੋ ਗਿਆ ਲਵਲੀ ਜੀ? ਅੱਛਾ ਕਣਕ ਬਾਹਰ ਡੁੱਲ ਰਹੀ ਹੈ, ਠੀਕ ਹੈ ਜੀ।
ਉਹ ਮਾੜਾ ਜਿਹਾ ਫੂਸ ਚੱਕ ਕੇ ਦੇ ਯਾਰ ਗਰਦਾ ਕਿੰਨਾ ਲਵਲੀ ਇਹ ਚ ਥੋੜਾ ਜਿਹਾ ਬਸ ਲਿਆ ਆ ਗਿੱਲਾ ਉਰੇ ਗਿੱਲਾ ਜਿਹਾ ਤਾਂ ਨਾ ਦੱਬ ਰਹੀ ਸੀ ਟਰਾਲੀ ਉਰੇ ਇਹੀ ਸਭ ਤੋਂ ਹੁੰਦੀ ਆ ਦਿਮਾਗ ਵਾਲੀ ਗੱਲਾਂ खाली बना दे बस गर्दा बहुत ज्यादा बाबियो मैं गर्दा कणक च बहुत ज्यादा क्या हो गया कणक इन्नी गिरी हुई है गोले लग रहे हैं गोले लग लग के चक रही है लवली नवी दिल्ली तो स्कूटरी ले आया कितने चल रहे नाले तेन रंग बहुत पसंद आया होगा लवली उपरों शीशे लगे हुए ने मारदा जरदा लेन लग गया बुड़कूगा थले क्या नाम है तो नाइट्रो एंटोर वो पच लेनी लाए भी पे होया ते कब्बा होता था इंजने बदे चले देखण में बहुत नरोई जी लग रही है झूटा चाटा जमी नहीं लगता बाकी जे फैंसी चीज जाइए तो फॉर्चूनर भी बढ़िया बिहार दा बनू एक रात च बिहार ये उन्होंने थकना नहीं छोटी गड्डियां तो थक जाना नहीं होर केड़ी और ओडी हो गया मर्सिडीज हो गया ए जी गड्डा है एक रही स्विफ्ट भी तो कह लिया तो उन्होंने कहना स्विफ्ट ले जे ना ना अब जे मोटरसाइकिल रखना तो बोल्ट थोड़ी रखना अपाची 6 रखना 5 6 गियर वाला
ਅਪਾਚੀ 6 2 ਲੱਖ ਦਾ ਹੁੰਦਾ ਅਪਾਚੀ ਨਾਲੇ ਉਹਦੇ ਵਿਆਹ ਚ ਲੈ ਰਿਆ ਤਾਂ ਉਹ 6 ਤਾਂ ਜਿਹੜਾ ਮੈਂ ਚਲਾਲ ਜਾ ਚਲਾਉਂਦਾ ਤਾਂ ਬਿਹਾਰ ਹਾਂ ਨੇਪਾਲ ਟੋਣਾ ਘੰਟਾ ਚ ਮਾਰ ਦੋ ਤੇ 3 ਬੰਦੇ ਠਾ ਹਾਂ ਹਾਂਜੀ ਚਲੋ ਆਜੋ ਗੱਲਾਂ ਤਾਂ ਤੇਰੀਆਂ ਤਾਂ ਬਹੁਤ ਨੇ ਗੱਲਾਂ ਦੇ ਤਾਂ ਖੱਟੀ ਖਾਣੇ ਆਪਾਂ ਲਓ ਜੀ ਹੁਣ ਆਪਾਂ ਆ ਖੇਤ ਵੱਢ ਕੇ ਹੁਣ ਆਪਾਂ ਦੂਜੇ ਤੇ ਚੱਲੇ ਆ ਅੱਜ ਘਰੇ ਹੀ ਵੱਢ ਰਹੇ ਆ ਚਲੋ 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 ਹੋਰ ਲਵਲੀ ਕਮੈਨ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਕਿਰਪਾਨ ਬਾਣੇ ਕਹਿੰਦੇ ਆ ਜੇ ਆਪਣੀ ਹੁੰਦੀ ਤਾਂ ਵਿਸ਼ਾਲ ਦਾ ਰੱਖਣਾ ਤਾਂ ਹਾਂ ਓਹ ਆਏ ਹਾਏ ਕੀ ਵਡਾਈ ਆ ਵਿਸ਼ਾਲ ਦੀ ਹਾਂ ਅਭੀ ਤਾਂ ਵਿਸ਼ਾਲ ਆ ਮੈਨੂੰ ਐ ਲੱਗਿਆ ਕਰਤਾਰ ਕੋਈ ਨੀ ਹੌਲੀ ਹੌਲੀ ਚੜਦੇ ਗਰਮ ਬਹੁਤ ਪਈ ਆ ਕਣਕ ਬਾਹਰ ਨੂੰ ਆ ਗਈ ਦੇਖੋ ਨਿਆਣੇ ਕੀ ਕਰ ਰਹੇ ਚਲੋ ਬਾਈ ਜੀ ਇੱਕ ਟਰਾਲੀ ਪੂਰੀ ਟੀਸੀ ਕੱਢ ਕੇ ਆ ਵੀ ਟਰਾਲੀ ਪੂਰੀ ਟੀਸੀ ਕੱਢ ਕੇ ਆ ਵੀ ਟਰਾਲੀ ਪੂਰੀ ਟੀਸੀ ਕੱਢ ਕੇ ਆਹ ਵੱਡੀ ਆਹ 16-7 ਇਹ 12-12 ਦੀਆਂ ਦੋ ਲਵਲੀ ਓਏ ਕਿੰਨਾ ਮਾਲ ਵੱਢ ਲਿਆ ਸਕੂਟਰੀ ਤੈਨੂੰ ਪਸੰਦ ਤਾਂ ਨੀ ਆ ਗਈ ਕਿਤੇ ਰੋੜ ਕੇ ਸਾਲੀ ਨੂੰ ਅੰਦਰ ਲਾ ਲਾ ਕੋਠੇ ਦੇ ਕਿਆ ਦੇਖੀ ਹੈ ਨਾ ਸਕੂਟਰੀ ਚ ਕੀ ਆ ਗਿਆ ਯਾ ਦੇਖੋ ਟੈਲੈਂਟ ਓਏ ਪੈਰਾਂ ਫੱਟ ਲਈ ਕਿਤੇ ਆਹ ਦੇਖੋ ਤੁਸੀਂ ਆਹ ਕਿਆ ਹੋ ਗਿਆ ਭਾਜੀ ਆਹ ਇਹ ਤਾਂ ਟੇਡ ਆ ਮੈਂ ਪਾਲਿਆ ਹੋਇਆ ਰੱਖਿਆ ਹੋਇਆ ਰੱਖਿਆ ਹੋਇਆ ਉਹ ਟੇਡ ਆ ਤਾਂ ਹੀ 50 ਕਿਲੋ ਚੱਕ ਲੈਨੇ ਆ ਹੁਣ ਕੱਲ ਨੂੰ ਜਾਣਾ ਮੰਡੀ ਪਰਸੋਂ ਨੂੰ ਲੋ ਵੀਰੇ ਨੈਕਸਟ ਡੇ ਹੋ ਚੁੱਕਿਆ ਸਵੇਰ ਦੇ 5:30 ਹੋ ਚੁੱਕੇ ਨੇ ਇੱਕ ਟਾਲੀ ਤੋੜ ਦੀ ਕਾਰ ਹੀ ਕਾਰ ਹੀ ਮੰਡੀ 'ਚ ਟਰਾਲੀ ਬੈਕ ਲਾ ਤੀ ਆਪਾਂ ਅਤੇ ਦੂਜੀ ਟਰਾਲੀ ਲੱਗ ਰਹੀ ਆ ਬੈਕ ਜਾਂਦੇ ਹੋਏ ਅਤੇ ਹਵਾ ਚੈੱਕ ਕਰਾ ਕੇ ਲਿਖਦੀ ਉਹਨੇ ਕਣਕ ਦੇ ਬਿੱਲ ਕਰਕੇ ਘੱਟ ਫਿਰ ਵੀ ਚੈੱਕ ਕਰ ਲਵਾਂਗੇ 110-10 ਕਰਾ ਲਵਾਂਗੇ ਬਾਕੀ ਤੁਸੀਂ ਕਮੈਂਟਾਂ ਦੱਸ ਦਿਓ ਤੁਸੀਂ ਕਿੰਨੀ ਕਰਾਉਂਦੇ ਹੋ ਵਾਧੂ ਤੁਹਾਡਾ ਤਾਂ 110-10 ਬਹੁਤ ਆ 110-10 ਕਰਾ ਲਵਾਂਗੇ ਲੇਕਿਨ ਟੱਕਣ ਟੁੱਕਣ ਵੀਰਾਂ ਭਰਾਵਾਂ ਨੂੰ ਯਾਰ ਹੋਰ ਕਰ ਦਿੰਦਾ ਕੋਈ ਨਹੀਂ ਸਿੱਧੀ ਕਰਦੇ ਹਾਂ ਲੱਗ ਗਈਆਂ ਟਰਾਲੀਆਂ ਤਿੰਨ ਪਿੰਡਾਂ ਨੂੰ ਖਾਲੀਆਂ ਹੋਣਗੀਆਂ ਆਹ ਟਰਾਲੀ ਤੋਂ ਬਾਅਦ ਕਹਿੰਦੇ ਤੇ ਖਾਲੀ ਕਰਾਂਗੇ
कौन? लवली, बहुत अच्छा अच्छा पोस्ट डालता है फेसबुक पे, मैं सारे को लाइक करता हूँ। अच्छा, सारिया लाइक करता हूँ, ब्लॉग भी देखता ना साड़िया। अभी है यहाँ पर। हाँ हाँ, उरी अपने कोले उन्हें कितने जाना? मंडी आऊंगा। मंडी आऊंगा कितने किधर मिलना है उनसे? हाँ, करे आज ही तू अपन वेड़ के करे फिर दाऊंगा बेला टट्टा ना बेला था कानू काम बहुत कर। चलो चलिए भाई, अपनी राली होगी काली जोंडियर भाई, फिर मिलते हैं। राड आला खोलिए, देखो कितना माल आ रहा है। लो भाई जी, स्पेशल भाई हो नहीं, कितों आए हो? राजस्थान तो। राजस्थान तो आए नहीं लो भाई जी, स्पेशल उड़े फतेहगढ़ साहब मत्था टेकना है, उड़े तो ऑटो करके स्पेशल अंकल नाल आए नहीं भाई। चल वधिया गल, लोग क्या काम हुण मंडी तो आ गए सी, असीं ट्रैक्टर लाते सी ते भाई उह नहीं आए हुए ने, भाई उन्हां नूं मिल लईए। ठीक है, लो भाई जी दुबारा मंडी आ गए आपां, ते लग गया अपने कंडा भी लग गया, इन्नी कु जोग थी इन्हां ने, कम पूरा चल रहा मारो मार, ते सफाई भी हो गई नाल दी नाल, जोग भी दित्ती। सो इसे तां ही कहिंदे वी अपनी पूरी पका के लै के आओ अपनी फसल, समें नाल बंदा वेला हुंदा है ना। ठीक है, नहीं फिर रुली जांदे आ, ठंडा मंगा दिंदा सानूं ठंडे दी बोतल नाल। लो जी कम चल रहा पूरा मारो मार, लै भाई चक मुड़िया, ओके रिपोर्ट कम आऊगा। बस सफाई भी होगी, कंडा भी ला गया इधर, बापू जी बैठे ने, ओके रिपोर्ट कम होया ओके। उधर फांटू साहब भी आ गए लेके ट्रैक्टर, मेहनत का मुल ए फैसला होंगे। हाँ जी दोस्तों, रात हो चुकी है, तो मंडी तो आ गए थे, तो अपना झाड़ 20+ ये निकले, आप बुका बुका आइडिया दे दें है ना। तो 20+ झाड़ आ हम साढ़े मशीन लगी हुई है, तो हम बढ़ रहे हैं कणक, तो शाम के बच के 9 बजे हुए मैं ब्लॉग लेट कर स्टार्ट, एक ट्रैक्टर आ खड़ा वा, शायद तुम दिखता ना हो, खड़े एक मिनट आ खड़ा, एक ट्रैक्टर आ ट्राली खड़ी आ, बाकी एक ट्राली वो छड़ी आ, एक ट्राली उधर खड़ी है, एक कंबाइन होर आ जानी बस थोड़ी देर तक, सारी रात अच्छे कणक बढ़ी जानी। ठीक है बाबू, इधर फिर रहे लवली होनी, आप दो ब्लॉगों च बनावा, ये ब्लॉग रोका आप लंबा ज्यादा होना ब्लॉग। हुण ट्राली ये फुला जमा फुला, हुण इत्थे कुछ नहीं पैना हैगा, चारे पासे घूमो जा लवली इक बार बस, इक तेरे पिछे पैर कोला लवली छल ओए किन्नी छला ने बस हो जा। हाँ जी भाई बाबे, भर के ट्राली पूरी 16-7 चार फुट 3 फुट पिछे कर दो पैर खड़ा हो जाए। हाँ जी बाबे,
ਅਸੀਂ ਕਹਾਂ ਜੀ ਇੱਥੇ ਵਲੌਗ ਆਪਾਂ ਖਤਮ ਕਰਦੇ ਹਾਂ, ਇੱਥੋਂ ਨਵਾਂ ਵਲੌਗ ਸ਼ੁਰੂ ਕਰਦੇ ਹਾਂ। ਥੈਂਕ ਯੂ ਜੀ, ਕਿਵੇਂ ਲੱਗਿਆ ਤੁਹਾਡਾ ਵਲੌਗ? ਹਾਂ ਇੱਕ ਮੈਂ ਤੁਹਾਨੂੰ ਬੇਨਤੀ ਕਰਨੀ ਸੀ ਵੀਰੇ, ਆਪਣਾ ਕਮੈਂਟ ਮੇਰਾ ਵੀਰ ਕਰ ਦਿਓ ਯਾਰ, ਪੰਜ ਪੰਜ ਦਸ ਦਸ ਕਮੈਂਟ ਸਾਰੇ ਕਰ ਦਿਓ ਵੀਰੇ, ਅਤੇ ਬਹੁਤ ਡਰ ਲੱਗ ਰਿਹਾ ਹੈ, ਅਤੇ ਸਾਰੇ ਜਣੇ ਦਸ ਦਸ ਵੀਹ ਵੀਹ ਕਮੈਂਟ ਹੈ ਨਾ ਕਰ ਦਿਓ, ਆਪਣਾ ਦੁਬਾਰਾ ਚੈਨਲ ਆਪਣਾ ਜਿਹੜਾ ਗਰੋ ਹੋ ਜਾਵੇ ਪ੍ਰੋਪਰ ਤਰੀਕੇ ਦੇ ਨਾਲ, ਅਤੇ ਬਸ ਤੁਸੀਂ ਐਵੇਂ ਸਪੋਰਟ ਬਣਾ ਕੇ ਰੱਖਿਓ, ਘੱਟੋ ਘੱਟ ਮੇਰੇ ਜਿੰਨੇ ਵੀ ਖੇਤੀ ਕਰਦੇ ਆ ਮੇਰਾ ਵੀਰ ਭਰਾ ਟੂ ਫਾਰਮਰ 'ਤੇ, ਪੰਜ ਪੰਜ ਕਮੈਂਟ ਦਸ ਦਸ ਕਮੈਂਟ ਕਰ ਦਿਓ, ਤਿੰਨ ਚਾਰ ਕਮੈਂਟ ਪਾ ਦਿਓ, ਵੀਡੀਓ 'ਤੇ ਜ਼ਰੂਰੀ ਬੇਨਤੀ ਆ। ਸੋ ਮਾਣ ਰੱਖਿਓ ਪੂਰਾ, ਵੱਧ ਤੋਂ ਵੱਧ ਕਮੈਂਟ ਵੀਡੀਓ 'ਤੇ ਕਰ ਦਿਓ, ਲੋਕ ਤੁਸੀਂ ਦੇਖੋ ਤੁਹਾਨੂੰ ਹੋਰ ਦਿਖਾ ਦਿੰਦੇ ਹਾਂ ਬਲੌਗ ਥੋੜ੍ਹਾ ਜਿਹਾ, ਇਹ ਦੇਖੋ ਤੁਸੀਂ ਚੀਜ਼ ਕਿੰਨੀ ਸੋਹਣੀ ਲੱਗ ਰਹੀ ਆ, ਇੱਥੋਂ ਲਾਈਟ ਪੈ ਰਹੀ ਆ ਅਤੇ ਵੀਡੀਓ 'ਚ ਦੇਖੋ।